देखो राजनीति दे अंदर किसी नूं भी अपने राजनीतिक कार्यक्रम करन दा अधिकार है जी, उहदे अंदर किसी नूं किंतु परंतु नहीं है। लेकिन पंजाब नूं जिहड़ा पीड़ा जिहड़े जख्म कांग्रेस ने दिते ने ਉਹ ਜ਼ਖਮ ਹਰੇ ਜ਼ਰੂਰ ਹੋਣਗੇ। ਉਹਨਾਂ ਦੇ ਉੱਤੇ ਅੱਜ ਤੱਕ ਗਾਂਧੀ ਪਰਿਵਾਰ ਨੇ ਮਾਫੀ ਨਹੀਂ ਮੰਗੀ ਹੈਗੀ। ਇਹ ਭਾਰਤ ਜੋੜਨ ਲਈ ਤਾਂ ਆ ਰਹੇ ਨੇ, ਲੇਕਿਨ ਪੰਜਾਬੀਆਂ ਦੇ ਨਾਲ ਜਿਹੜਾ ਇਹਨਾਂ ਨੇ ਘਾਨ ਕੀਤਾ ਹੋਇਆ, ਜਿਸ ਪ੍ਰਕਾਰ 84 ਦੇ ਅੰਦਰ ਸਿੱਖਾਂ ਦਾ ਉਹ ਦੰਗਾ ਨਹੀਂ ਸੀ, ਕਤਲੇਆਮ ਹੋਇਆ, ਉਹਦੇ ਅੰਦਰ ਉੱਤੇ ਕਾਂਗਰਸ ਕਦੀ ਵੀ ਸ਼ਰਮਿੰਦਗੀ ਉਹਨਾਂ ਨੇ ਅਨੁਭਵ ਨਹੀਂ ਕੀਤੀ। ਰਾਹੁਲ ਗਾਂਧੀ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਿਆ। ਮੈਂ ਆਸ ਕਰਦਾ ਕਿ ਉਹ ਇਸ ਯਾਤਰਾ ਦੇ ਦੌਰਾਨ ਸਮੁੱਚੇ ਪੰਜਾਬੀਆਂ ਕੋਲੋਂ ਆਪਣੇ ਦੁਆਰਾ ਕੀਤੇ ਗਏ ਇਸ ਗਨੋਣੇ ਕ੍ਰਿਤ ਦੀ ਮਾਫੀ ਜ਼ਰੂਰ ਮੰਗਣਗੇ। ਅੱਜ ਤੋਂ ਪੀਸੀਐਸ ਜਿਹੜੇ ਅਫਸਰ ਹੈ ਪੰਜਾਬ ਦੇ, ਇਹ ਹੜਤਾਲ ਤੇ ਆਏ, ਇਹਨਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵੱਲੋਂ ਕਾਰਵਾਈ ਜਿਹੜੀ ਕੀ ਹੈ ਬਿਨਾਂ ਫੈਕਟਸ ਦੇ ਕੀਤੀ ਜਾ ਰਹੀ ਹੈ, ਬਿਨਾਂ ਤੱਥਿਆਂ ਦੇ ਕੀਤੀ ਜਾ ਰਹੀ ਹੈ। ਦੇਖੋ, ਜਿੱਥੋਂ ਤੱਕ ਤਾਂ ਸਵਾਲ ਹੈ ਭ੍ਰਿਸ਼ਟਾਚਾਰ ਦਾ, ਜ਼ੀਰੋ ਟੋਲਰੈਂਸ ਦੇ ਅੰਦਰ ਬੀਜੇਪੀ ਵਿਸ਼ਵਾਸ ਕਰਦੀ ਹੈ। ਲੇਕਿਨ ਮੈਨੂੰ ਇੱਕ ਗੱਲ ਦੱਸੋ, ਇਹਨਾਂ ਨੂੰ ਸਰਕਾਰ ਚਲਾਉਣਾ ਨਹੀਂ ਆ ਰਹੀ ਆਮ ਆਦਮੀ ਪਾਰਟੀ ਨੂੰ, ਇਹ ਨੌਸਿੱਖੀਏ ਲੋਕ ਨੇ, ਇਹ ਪੀਸੀਐਸ ਵਾਲੇ ਜਾਂ ਪੀਸੀਐਸ ਵਾਲਾ ਕੋਈ ਐਸਡੀਐਮ ਹੋਏਗਾ, ਕੋਈ ਤਹਿਸੀਲਦਾਰ ਹੋਏਗਾ, ਕੋਈ ਮਾਲ ਅਫਸਰ ਹੋਏਗਾ, ਜਦੋਂ ਇਹ ਹੜਤਾਲ 'ਤੇ ਚਲੇ ਜਾਣਗੇ, ਲੜਾਈ ਇਹਨਾਂ ਦੀ ਸਰਕਾਰ ਦੀ ਔਰ ਅਫਸਰਾਂ ਦੀ ਹੈ, ਬਿਊਰੋਕ੍ਰੇਸੀ ਦੀ ਹੈ। ਆਮ ਜਨਤਾ ਇਹਦੇ 'ਚ ਜਿੱਦ ਕਿਉਂ ਪਿੱਸੇ? ਕਿਸੇ ਬੱਚੇ ਨੂੰ ਆਪਣਾ ਸਰਟੀਫਿਕੇਟ ਕੋਈ ਚਾਹੀਦਾ ਹੈ, ਡੋਮੀ ਸਰਟੀਫਿਕੇਟ ਚਾਹੀਦਾ ਹੈ, ਇਨਕਮ ਸਰਟੀਫਿਕੇਟ ਚਾਹੀਦਾ ਹੈ, ਉਹ ਕਿੱਧਰ ਕਿੱਧਰ ਧੱਕੇ ਖਾਏਗਾ? ਇਸ ਕਰਕੇ ਇਹ ਸਰਕਾਰ ਦਾ ਪੂਰੀ ਤਰ੍ਹਾਂ ਫੇਲੂਅਰ ਹੈ। ਬਿਊਰੋਕ੍ਰੇਸੀ ਔਰ ਸਰਕਾਰ ਦੋਨੋਂ ਜਦ ਤੱਕ ਇਕੱਠੇ ਨਹੀਂ ਚੱਲਦੇ ਤਾਂ ਸਰਕਾਰ ਦੀ ਕਲਪਨਾ ਕਰਨਾ ਅਧੂਰੀ ਹੈ। ਔਰ ਮੈਨੂੰ ਲੱਗਦਾ ਕਿ ਇਹ ਸਰਕਾਰ ਹਰ ਮਸਲੇ 'ਤੇ ਫੇਲ ਹੋਈ ਹੈ। ਕਾਨੂੰਨ ਵਿਵਸਥਾ ਦਾ ਮਾਮਲਾ ਹੋਏ ਤਾਂ ਉਹ ਪੂਰੀ ਜਿਹੜੀ ਆਪਣੇ ਪੁਲਿਸ ਮੁਲਾਜ਼ਮ ਦੀ ਰਾਖੀ ਨਹੀਂ ਕਰ ਸਕਦੀ, ਉਹ ਪੰਜਾਬੀਆਂ ਦੀ ਕੀ ਰਾਖੀ ਕਰੇਗੀ? ਐਸਾ ਹੈ ਕਿ ਉਹਦਾ ਸੰਭਾਲ ਸਮਾਰੋਹ ਦਾ ਹਿੱਸਾ ਬਣਨ ਲਈ ਮੈਂ ਅੱਜ ਆਇਆ। ਔਰ ਇਹ ਬੀਜੇਪੀ ਦੀ ਖੂਬਸੂਰਤੀ ਹੈ ਕਿ ਬੀਜੇਪੀ ਦੇ ਅੰਦਰ ਕਿਸੇ ਇੱਕ ਪਰਿਵਾਰ ਦਾ ਰਾਜ ਨਹੀਂ ਰਹਿੰਦਾ, ਔਰ ਪਾਰਟੀ ਦੇ ਅੰਦਰ ਪ੍ਰਧਾਨ ਔਰ ਪਦਾਧਿਕਾਰੀ 3 ਸਾਲ ਬਾਅਦ ਬਦਲਦੇ ਨੇ। ਲੇਕਿਨ ਖੂਬਸੂਰਤੀ ਹੋਏਗੀ ਕਿ ਜਿਹੜੇ ਪੁਰਾਣੇ ਨੇ, ਜਿਨ੍ਹਾਂ ਨੇ ਆਪਣੇ ਸਮੇਂ ਕੰਮ ਕੀਤਾ, ਉਹ ਨਵੇਂ ਆਪਣੇ ਅਧਿਕਸ਼ ਦੇ ਕਾਰਜਕ੍ਰਮ ਦਾ ਹਿੱਸਾ ਵੀ ਹੋਣਗੇ, ਉਹਨਾਂ ਨੂੰ ਮੁਬਾਰਕਾਂ ਵੀ ਦੇਣ ਆਉਣਗੇ। ਔਰ ਇਹ ਅਹੁਦਾ ਸੰਭਾਲ ਕਾਰਜਕ੍ਰਮ ਦੇ ਅੰਦਰ ਕਾਰਜਕਰਤਾ ਇਹ ਯਕੀਨ ਦਿਲਾਏਗਾ ਕਿ ਜਿਹੜਾ ਜ਼ਿੰਮੇਵਾਰੀ ਸੰਜੀਵ ਜੀ ਨੂੰ ਮਿਲੀ ਹੈ, ਅਸੀਂ ਸਾਰੇ ਤੁਹਾਡੇ ਨਾਲ ਔਰ ਤੁਹਾਨੂੰ ਕਾਮਯਾਬ ਬਣਾਵਾਂਗੇ। ਸਰ, 9 ਮਾਰਚ ਦਾ ਰਿਸ਼ਤਾ, ਸਰ 9 ਮਾਰਚ ਦਾ ਰਿਸ਼ਤਾ ਘਟ ਗਿਆ, ਕੀ ਗੱਲ ਹੋ ਗਈ? ਅਕਾਲੀ ਦਲ ਨਾਲ ਤੁਸੀਂ ਕਿਹਾ ਕੱਲ ਵੀ ਅਸੀਂ ਕੋਈ ਗਠਬੰਧਨ ਨਹੀਂ ਕਰਾਂਗੇ, ਕੀ ਹੋ ਗਿਆ? ਤੁਹਾਨੂੰ ਲੱਗਦਾ ਕੱਲੇ ਆਪਾਂ ਲੀਡ ਕਰ ਜਾਂਗੇ, ਇੰਨੇ ਆਪਾਂ ਕੰਫੀਡੈਂਟ ਹੈਗੇ? ਪਹਿਲੀ ਗੱਲ ਤੇ ਹੈ ਕਿ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਖਤਮ ਹੋ ਚੁੱਕਿਆ। ਮੈਂ ਵਾਰ-ਵਾਰ ਕਹਿ ਚੁੱਕਿਆ ਹਾਂ ਕਿ ਸਾਡਾ ਅਕਾਲੀ ਦਲ ਨਾਲ ਕੋਈ ਗਠਬੰਧਨ ਨਹੀਂ, ਉਹ ਗਠਬੰਧਨ ਹੈ ਵੀ ਨਹੀਂ ਸੀ। ਮਾਲਵੇ ਦੀ ਕੀ ਇੱਕ ਕਹਾਵਤ ਹੈ, ਮਾਲਵੇ 'ਚ ਗੱਠ ਕਿਹਨੂੰ ਕਹਿੰਦੇ ਆ ਤੁਹਾਨੂੰ ਪਤਾ ਹੀ ਹੈ। ਇਹ ਬੰਧਨ ਸੀ ਸਾਡੇ ਵੱਲੋਂ ਹੀ, ਉੱਧਰੋਂ ਤਾਂ ਗੱਠ ਬਣ ਚੁੱਕੀ ਸੀ। ਇਸ ਕਰਕੇ ਇਹ ਜਿੰਨੀ ਜਲਦੀ ਛੁਟੋਇਆ ਉਨਾ ਹੀ ਵਧੀਆ। ਔਰ ਇਹ ਪੁਨਰ ਵਿਚਾਰ ਹੋਏਗਾ ਅਤੇ ਜਾਂ ਦੁਬਾਰਾ ਪਾਰਟੀ ਸੋਚੇ, ਇਹਦਾ ਕੋਈ ਵੀ ਕਾਰਨ ਨਹੀਂ ਹੈ। ਬੀਜੇਪੀ ਪੰਜਾਬ ਪੰਜਾਬੀਆਂ ਲਈ ਆਪਣੇ ਉਹਨਾਂ ਦੇ ਪੰਜਾਬ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਜਨਤਕ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰੇਗੀ, ਔਰ ਪਾਰਟੀ ਆਪਣੇ ਦਮ ਦੇ ਉੱਤੇ ਲੋਕ ਸਭਾ ਦਾ ਚੁਣਾਵ ਲੜੇਗੀ ਔਰ ਆਉਣ ਵਾਲੀਆਂ ਅਸੈਂਬਲੀਆਂ ਵੀ ਲੜੇਗੀ 2027। 2024 ਦੀ ਤਿਆਰੀਆਂ ਨੂੰ ਮੰਨ ਲਈਏ ਕਿ ਬੀਜੇਪੀ ਨਹੀਂ, ਰਾਜਨੀਤਿਕ ਪਾਰਟੀਆਂ ਨੂੰ ਚੁਣਾਵ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ। ਔਰ ਇਸ ਵੇਲੇ ਤਾਂ ਸਾਡੀ ਨਵੀਂ ਜਥੇਬੰਦੀ ਬਣ ਰਹੀ ਹੈ, ਬੀਜੇਪੀ ਲਈ ਚੁਣੌਤੀਆਂ ਵੀ ਹੈ, ਅਫਸਰ ਵੀ ਹੈ। ਚੁਣੌਤੀ ਨੂੰ ਅਫਸਰ 'ਚ ਬਦਲਣਾ ਸਾਡੇ ਕਾਰਜਕਰਤਾ ਨੂੰ ਆਉਂਦਾ, ਅਤੇ ਅਸੀਂ ਤਾਂ ਜੰਜਾਲ ਤੋਂ ਬਾਹਰ ਆਏ ਹਾਂ, ਸਾਡੀਆਂ ਬੇੜੀਆਂ ਖੁੱਲ੍ਹੀਆਂ, ਤਈਆਂ ਤੋਂ 117 ਵੱਲ ਜਾ ਰਹੇ ਨੇ। ਅੱਜ ਜੋ ਵੀ ਬਣੇਗਾ ਪਿੰਡਾਂ ਤੱਕ ਸਾਡਾ ਸੰਗਠਨ ਖੜ੍ਹਾ ਹੋਏਗਾ, ਉਹਦੀ ਸਾਨੂੰ ਲਾਭ ਮਿਲੇਗਾ ਪਾਰਟੀ ਨੂੰ। ਪ੍ਰਧਾਨ ਜੀ, ਇੱਕ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ 3 ਵਾਰੀ ਮੰਤਰੀ ਮੰਡਲ 'ਚ ਫੇਰ ਬਦਲ ਹੋ ਚੁੱਕਿਆ, ਇਹਦਾ ਕੀ ਕਾਰਨ? ਐਸਾ ਹੈ ਕਿ ਜਦ ਤੱਕ ਸਵਾਲ, ਮੇਰੀ ਗੱਲ ਸੁਣੋ,
आम आदमी पार्टी का चेहरा पूरे देश च भी नंगा हो गया, पंजाब च भी नंगा हो गया। ये ईमानदारी का ढंडोरा पिटन वाले कट्टर बेईमान साबित होए। सरारी दे अस्तीफे नूं लैण च इन्हां ने 6 महीने लगाते। 6 महीने मंत्री रहिंदे होए सरारी ने जिहड़े निर्णय ले ने उहदे च किन्ना भ्रष्टाचार होएगा, इहदी कोख कौन करेगा? अस्तीफा काफ़ी नहीं है, भ्रष्टाचार दे नूं लै के अगर मुख्यमंत्री मान सीरियस ने, गंभीर ने, तो बनदी कार्रवाई करन, परचा दाखिल करन। इदा तां इह बिना इनकुआरी इह लोकां नूं फड़ी फिरदे ने। इहदा इह फरारी दे उत्ते परचा दाखिल करके 6 महीने की कार्य गुजारी दे उत्ते भी कोख करन तो बाद अगे वधन, फिर लगेगा कि कोई सीरियस। मेरे को जानकारी नहीं है, मैं उहदे उत्ते पंजाब विच दो पंजाब दे विच बीजेपी की स्टैंड करदी है बंदी सिंघां दे लैके, पंथक मुद्दे नूं लैके। हुण वी चंडीगढ़ लगातार 2-3 दिन हो गए। मेरे मैं पत्रकार मित्रां नूं इह गल कहना, कुछ मामले स्टेट दे नाल जुड़े होंदे आ, अदालतां च जुड़े होंदे आ। अच्छा लगता कि तुहाडा सवाल यह आंदा कि कुछ बंदी सिख छुट्टे ने जिहड़े बच, अरे जिहड़े छुट्टे उहदे लई धन्नवाद क्यों नहीं कर रहे नरेंद्र भाई मोदी दा? मेरी गल सुनो, असीं पंजाब दे अंदर हमेशा सेंसेशन फैलानी है। अरे पंजाब संवेदनशील स्टेट है, इत्थे अमन शांति भाईचारा रखना बहुत, इदां इन्नी नकम्मी सरकार आई है इस वेले अपनी गंभीरता रहनी चाहिए। तुहाडा सवाल यह होंदा ना कि कुछ बंदी सिख छुट्टे ने जिहड़े बचे ने उहनां दे उत्ते की होएगा? तो मैनू भी आनंद आता कि तुम पंजाब के हित की गल कर रहे हो। ये अंदर कितने ना कि खुशी होंगी, मज़ा आता। इस करके मेरा यह कहना है कुछ वो अड़चना आदि है, अदालत फसी हुई है, स्टेट दियाँ गवर्नमेंटा फसिया रहा, लेकिन केंद्र ने अपनी संवेदनशीलता कुछ बंदी सिंगां नूं छड़ के दिखाई है। वह स्वागत पंजाब के अंदर होना चाहिए सी, ये मेरा कहना है।